ਜੇਕਰ ਤੁਸੀਂ ਵੀ ਕਰੋਨਾ ਵੈਕਸੀਨ ਕੋਵਿਸ਼ੀਲਡ ਲਗਾਈ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਹੀ ਜ਼ਰੂਰੀ ਹੈ, ਕਿਉਂਕਿ ਜਦੋਂ ਕਰੋਨਾ ਮਹਾਮਾਰੀ ਸੀ ਤਾਂ ਜੋ ਕੋਵਿਸ਼ੀਲਡ ਹੈ ਕਈ ਲੋਕਾਂ ਨੇ ਵੈਕਸੀਨ ਲਗਵਾਈ ਸੀ ਪਰ ਕਈ ਲੋਕਾਂ ਨੂੰ ਇਸਦੇ ਦੁਸ਼ਪ੍ਰਭਾਵ ਵੀ ਝੇਲਣੇ ਪਏ। ਸੋ ਇਸੇ ਕੋਵਿਸ਼ੀਲਡ ਨੂੰ ਲੈ ਕੇ ਜੁੜੀ ਵੱਡੀ ਖਬਰ ਹੈ ਜੋ ਤੁਹਾਡੇ ਲਈ ਜਾਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਕਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਗਏ ਟੀਕੇ ਦੇ ਕਾਰਨ ਮਾੜੇ ਪ੍ਰਭਾਵਾਂ ਦੇ ਬਾਰੇ ਸਾਰੇ ਦਾਅਵਿਆਂ ਦੇ ਵਿਚਕਾਰ ਕੋਵਿਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਐਸਟ੍ਰਾਜ਼ੈਨਿਕਾ ਨੇ ਇੱਕ ਵੱਡਾ ਖੁਲਾਸਾ ਕੀਤਾ। ਕੰਪਨੀ ਨੇ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ 'ਚ ਪਹਿਲੀ ਵਾਰ ਮੰਨਿਆ ਕਿ ਕੋਵਿਡ-19 ਵੈਕਸੀਨ ਖੂਨ ਦੇ ਜੰਮਣ ਵਰਗੇ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ ਕੰਪਨੀ ਨੇ ਦਾਅਵਾ ਕੀਤਾ ਕਿ ਅਜਿਹੇ ਮਾੜੇ ਪ੍ਰਭਾਵਾਂ ਦੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ, ਪਰ ਇੱਕ ਰਿਪੋਰਟ ਮੁਤਾਬਕ ਕਈ ਪਰਿਵਾਰਾਂ ਨੇ ਕਰੋਨਾ ਵੈਕਸੀਨ ਨਾਲ ਹੋਣ ਵਾਲੇ ਨੁਕਸਾਨ ਦਾ ਦੋਸ਼ ਲਗਾਉਂਦਿਆਂ ਮੁਕੱਦਮਾ ਦਾਇਰ ਕਰ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਅਦਾਲਤ 'ਚ ਮੰਨਿਆ ਕਿ ਵੈਕਸੀਨ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਜੀ ਹਾਂ, ਦੱਸ ਦਈਏ ਕਿ ਇਸ ਖਬਰ ਤੋਂ ਬਾਅਦ ਜਿਨ੍ਹਾਂ ਨੇ ਵੀ ਆਪਣੇ ਵੈਕਸੀਨ ਲਗਵਾਈ ਹੋਈ ਹੈ ਕੋਵਿਸ਼ੀਲਡ ਦੀ, ਉਹਨਾਂ ਲੋਕਾਂ ਦੇ ਵਿੱਚ ਇੱਕ ਡਰ ਜਿਹਾ ਬੈਠ ਗਿਆ ਹੈ, ਕਿਉਂਕਿ ਦੱਸ ਦਈਏ ਕਿ ਦੁਨੀਆ ਭਰ ਦੇ ਵਿੱਚ ਕਰੋੜਾਂ ਲੋਕਾਂ ਨੇ ਇਹ ਵੈਕਸੀਨ ਲਗਵਾਈ ਸੀ। ਸੋ ਕਰੀਬ 4 ਸਾਲ ਬਾਅਦ ਐਸਟ੍ਰਾਜ਼ੈਨਿਕਾ ਨੇ ਮੰਨਿਆ ਕਿ ਉਸਦੀ ਕੋਵਿਸ਼ੀਲਡ ਜੋ ਵੈਕਸੀਨ ਹੈ ਦੁਰਲੱਭ ਮਾੜੇ ਪ੍ਰਭਾਵ ਹੈ ਜੋ ਪੈਦਾ ਕਰ ਸਕਦੀ ਹੈ, ਖੂਨ ਦੇ ਥੱਕੇ ਬਣਾ ਸਕਦੀ ਹੈ, ਜਿਸ ਦੇ ਨਾਲ ਕਹੀਏ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਲੋਕਾਂ ਨੂੰ ਹਾਰਟ ਅਟੈਕ, ਬ੍ਰੇਨ ਸਟ੍ਰੋਕ ਅਤੇ ਪਲੇਟਲੈਟਸ ਗਿਰਨ ਦੇ ਕਾਰਨ ਹੈ ਜੋ ਬਣ ਸਕਦੀ ਹੈ। ਪਰ ਕੰਪਨੀ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਇਹ ਕੁਝ ਕੁ ਲੋਕਾਂ 'ਤੇ ਹੀ ਲਾਗੂ ਹੋ ਸਕਦਾ ਹੈ ਜਿਨ੍ਹਾਂ ਦੇ ਵਿੱਚ ਕੁਝ ਮਾੜੇ ਜੋ ਮਾਮਲੇ ਨੇ। ਸੋ ਦੱਸ ਦਈਏ ਕਿ ਕੰਪਨੀ ਨੇ ਇਹ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਆਮ ਲੋਕਾਂ ਨੂੰ ਡਰਨ ਦੀ ਜੋ ਜ਼ਰੂਰਤ ਹੈ ਉਹ ਨਹੀਂ ਹੈ। ਸੋ ਇਹ ਵੀ ਦੱਸ ਦਈਏ ਕਿ ਇੱਕ ਕਾਨੂੰਨੀ ਮਾਮਲੇ 'ਚ ਐਸਟ੍ਰਾਜ਼ੈਨਿਕਾ ਨੇ ਕਬੂਲ ਕੀਤਾ ਕਿ ਉਸਦੀ ਕਰੋਨਾ ਵੈਕਸੀਨ ਜਿਹੜੀ ਕਿ ਦੁਨੀਆ ਭਰ 'ਚ ਕੋਵਿਸ਼ੀਲਡ ਅਤੇ ਵੈਕਸ ਜ਼ੇਵਰੀਆ ਬ੍ਰਾਂਡ ਦੇ ਨਾਮ ਨਾਲ ਵੇਚੀ ਗਈ ਦੁਸ਼ਪ੍ਰਭਾਵ ਹੈ ਜੋ ਪੈਦਾ ਕਰ ਰਹੀ ਹੈ। ਸੋ ਦੱਸ ਦਈਏ ਕਿ ਕਈ ਲੋਕਾਂ ਨੇ ਕੋਰਟ ਦੇ ਵਿੱਚ ਮੁਕੱਦਮਾ ਵੀ ਹੈ ਜੋ ਦਾਇਰ ਕਰ ਦਿੱਤਾ ਹੈ ਅਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।